ਤੇਗ ਬਹਾਦੁਰ ਗੁਰਦੁਆਰਾ ਪ੍ਰਬੰਧਕ ਸਮਿਤੀ ਦੇ ਵੱਲੋਂ ਆ ਕੀਤਾ ਗਿਆ ਹੈ। ਮੈਂ ਸਾਰੀ ਪ੍ਰਬੰਧਕ ਸਮਿਤੀ ਨੂੰ ਦਾ ਆਭਾਰ ਵਿਅਕਤ ਕਰਨਾ ਹਾਂ ਕਿ ਉਹਨਾਂ ਨੇ ਚਾਰ ਚੌਥਾ ਸਾਲ ਹੈ ਮੇਰੇ ਘਰ, ਧੀਰੇ ਧੀਰੇ ਚੱਲੇ ਅਤੇ ਅੱਜ ਇਸ ਮੁਕਾਮ 'ਤੇ ਆਏ ਕਿ ਬੜੀ ਤੰਗੀ ਸ਼ੋਭਾ ਯਾਤਰਾ ਵੀ ਸਾਰੇ ਸ਼ਹਿਰ 'ਚ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਨਿਕਾਲੀ ਗਈ। ਆ ਜਿਹੜਾ ਸ਼ਹੀਦੀ ਸਪਤਾਹ ਹੈ ਅਤੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਸੀ ਜਦੋਂ ਸਾਰੇ ਵੀਰ ਗਏ ਸੀ। ਮੈਂ ਤਾਂ ਸਾਰੇ ਵੀਰਾਂ ਨੂੰ ਕਹਾਂਗਾ ਜਿੱਥੇ ਆ ਜੋ ਆਪਣਾ ਮੇਰਾ ਭਰਦਾ ਹੈ, ਆਪ ਸਭੀ ਇੱਥੇ ਆਪਾਂ ਖੜ੍ਹੇ ਹੋ ਕਰਕੇ ਇੱਥੇ ਜਿਹੜਾ ਮੇਰਾ ਭਰਦੇ ਹਾਂ, ਸਤਿਗੁਰੂ ਨਾਲ ਆਪ ਸਾਰੀ ਸੰਗਤ ਅੱਜ ਬਹਿ ਕੇ ਆਪਾਂ ਅਰਦਾਸ ਕਰੀਏ। ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਅੱਜ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਅਰਦਾਸ ਕਰੀਏ ਕਿ ਐਸੇ ਸਥਾਨ ਦੇ ਉੱਤੇ ਸ਼ਹੀਦਾਂ ਦਾ ਜਿੱਥੇ ਮੇਰਾ ਭਰਦਾ ਚਾਰ ਸਾਲਾਂ ਤੋਂ, ਉਹ ਪੰਜਵੇਂ ਸਾਲ ਇੱਥੇ ਆਪਾਂ ਨਿਸ਼ਾਨ ਸਾਹਿਬ ਗੜ ਕੇ ਅਤੇ ਸ਼ਹੀਦਾਂ ਦਾ ਗੁਰਦੁਆਰਾ ਬਣਾਈਏ ਇੱਥੇ ਐਸੇ ਜਗ੍ਹਾ 'ਤੇ। ਬੋਲ ਸਤਿ ਸ਼੍ਰੀ ਅਕਾਲ। ਤਾਂ ਮੇਰੀ ਦਿਲੀ ਇੱਛਾ ਹੈ ਕਿ ਬਾਬਾ ਜੀਵਨ ਸਿੰਘ ਜਿਸ ਨੇ ਜਿਸ ਤਰ੍ਹਾਂ ਦਾ, ਮੈਨੂੰ ਪੰਜਾਬੀ ਕਮਾਂ ਦੀ ਥੋੜ੍ਹੀ ਜਿਹੀ ਟੁੱਟੀ ਮੁੱਟੀ ਬੋਲਦਾ, ਥੋੜ੍ਹੇ ਜਿਹੀ ਮਾਫ਼ ਕਰਿਓਗੇ, ਠੀਕ ਹੈ ਨਾ ਜੀ, ਮੈਂ ਮਾਫ਼ੀ ਚਾਹੁੰਦਾ। ਤੋ ਬਾਗੜੀ ਅਤੇ ਹਿੰਦੀ ਅਤੇ ਪੰਜਾਬੀ ਦਾ ਮਿਕਸ ਜਿਹਾ ਹੈਗਾ। ਮੇਰੀ ਦਿਲੀ ਇੱਛਾ ਹੈ ਕਿ ਮੈਂ ਇਸ ਪ੍ਰਬੰਧਕ ਸਮਿਤੀ ਦੇ ਨਾਲ ਮਿਲ ਕੇ ਇਸ ਕੰਮ ਨੂੰ ਕਰਾਉਣ ਦਾ ਪੂਰਾ ਪੂਰਾ ਸਹਿਯੋਗ ਕਰਾਂਗਾ। ਆ ਬਾਬਾ ਸਾਹਿਬ ਦੀ ਹਜ਼ੂਰੀ ਵਿੱਚ ਵਚਨ ਦੇਣਾ, ਆਪਾਂ ਇੱਥੇ ਮਿਲ ਕੇ ਅਤੇ ਵਧੀਆ ਪਾਵੇ, ਕਿਉਂਕਿ ਸ਼ਹੀਦਾਂ ਦੀ ਜਦੋਂ ਕੁਰਬਾਨੀ ਹੋਈ ਬਾਬਾ ਜੀਵਨ ਸਿੰਘ ਦੇ ਬਾਅਦ ਗੁਰੂ ਮਹਾਰਾਜ ਜੀ ਦੇ ਦੋ ਬੱਚਿਆਂ ਨੂੰ ਵੀ ਜਦੋਂ ਦੀਵਾਰ ਦੇ ਵਿੱਚ ਚਿਣਿਆ ਗਿਆ ਸੀ ਤੇ ਉੱਥੇ ਵੀ ਇੱਕ ਬਣੀਏ ਦਾ ਪੂਰਾ ਸਹਿਯੋਗ ਰਿਹਾ ਸੀ, ਉੱਥੇ ਵੀ ਇੱਕ ਬਣੀਆ ਸਾਡੇ ਅਗਰਵਾਲ ਬਿਰਾਦਰੀ ਦਾ ਸ਼ੇਰ ਟੋਡਰਮਲ ਜੀ ਦਾ ਵੀ ਪੂਰਾ ਸਹਿਯੋਗ ਰਿਹਾ ਸੀ ਉਹਨਾਂ ਦੀ ਕੁਰਬਾਨੀ ਨੂੰ, ਉਹਨਾਂ ਦੀ ਸਰੀਰ ਦੀ ਮਿੱਟੀ ਨੂੰ ਲਾਉਣ ਦੇ ਵਾਸਤੇ। ਤੋ ਬਈ ਇਸ ਗੁਰਦੁਆਰੇ ਵਾਸਤੇ, ਸ਼ਹੀਦਾਂ ਦੇ ਗੁਰਦੁਆਰੇ ਵਾਸਤੇ ਆਹ ਬਾਣੀਆਂ ਵੀ ਤੁਹਾਨੂੰ ਸਮਰਪਿਤ ਹੈ ਤੇ ਆਹ ਬਾਣੀਆਂ ਵੀ ਤੁਹਾਡੇ ਵਾਸਤੇ ਅਗਰਵਾਲ ਸ਼ੇਰ ਜਿਹੜਾ ਹੈ ਉਹ ਜਿੰਨਾ ਵੀ ਸਹਿਯੋਗ ਹੋਊਗਾ ਧਨ ਦਾ, ਮਨ ਦਾ, ਧਨ ਦਾ, ਉਹ ਸਾਰਾ ਇੱਥੇ ਸਮਰਪਿਤ ਕਰੂਗਾ ਤੇ ਆਪਾਂ ਮਿਲ ਕੇ ਤੇ ਇੱਥੇ ਨਾਲ ਗਾਵਾਂਗੇ। ਤੇ ਹੁਣ ਫਤਿਹ ਬੁਲਾਈਏ ਬੜੇ ਸੋ ਨਿਹਾਲ। ਹੁਣ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਿੰਦਰ ਸਿੰਘ ਜੀ ਖਾਲਸਾ, ਮਨਕੀਰ ਸਿੰਘ ਜੀ, ਭਾਈ ਭੁਪਿੰਦਰ ਸਿੰਘ ਜੀ, ਉਹ ਨਵੀਨ ਕੇਡੀਆ ਜੀ ਨੂੰ ਸਰੋਪਾ ਦੇ ਕੇ ਸਨਮਾਨਿਤ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਨਵੀਨ ਕੇਡੀਆ ਜੀ ਨੂੰ ਸਰੋਪਾ ਦੇ ਕੇ ਸਨਮਾਨਿਤ ਕਰਨ। ਐਮਸੀ ਸਾਹਿਬ ਜੀ ਦੀ ਸਟੇਜ 'ਤੇ ਆ ਜੀ, ਉਹਨਾਂ ਦਾ ਵੀ ਕਮੇਟੀ ਵੱਲੋਂ ਸਨਮਾਨ ਹੋਏਗਾ। ਧੰਨਵਾਦ ਕੇਡੀਆ ਸਾਹਿਬ ਦਾ, ਬਹੁਤ ਅੱਛੇ ਵਿਚਾਰ ਉਹਨਾਂ ਨੇ ਰੱਖੇ ਨੇ ਅਤੇ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਹੈ ਬਚਨ ਕਰਨ ਕਰਕੇ ਜਿਹੜਾ ਤੋੜਨ ਪਾਉਂਦਾ ਉਹੀ ਸੂਰਬੀਰ ਬਹਾਦਰ ਸੋ ਨਿਹਾਲ, ਜੋ ਬੋਲੇ ਸੋ ਨਿਹਾਲ।